ਸਿਵਲ ਹਸਪਤਾਲ ਫਰੀਦਕੋਟ ਵਿਖੇ ਕਰੀਬ 3 ਲੱਖ ਰੁਪਏ ਦੀ ਲਾਗਤ ਨਾਲ ਬਣੇ ਆਰਓ ਛਾਂ ਵਾਲੇ ਸ਼ੈੱਡ ਅਤੇ ਵਾਟਰ ਕੂਲਰ ਦਾ ਉਦਘਾਟਨ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਐਸਪੀ ਸਿੰਘ ਓਬਰਾਏ ਅਤੇ ਮਾਲਵਿੰਦਰ ਸਿੰਘ ਜੱਗੀ ਡਿਪਟੀ ਕਮਿਸ਼ਨਰ ਫਰੀਦਕੋਟ ਨੇ ਸਾਂਝੇ ਤੌਰ ਤੇ ਕੀਤਾ। ਫਰੀਦਕੋਟ ਦੇ ਸਿਵਲ ਹਸਪਤਾਲ ਵਿੱਚ ਆਉਣ ਵਾਲੇ ਮਰੀਜ਼ਾਂ ਦੀਆਂ ਸਮੱਸਿਆਵਾਂ ਦੇ ਮੱਦੇਨਜ਼ਰ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਮਰੀਜ਼ਾਂ ਨੂੰ ਪੀਣ ਵਾਲਾ ਸਾਫ਼ ਅਤੇ ਠੰਡਾ ਪਾਣੀ ਮੁਹੱਈਆ ਕਰਾਉਣ ਲਈ ਵਾਟਰ ਕੂਲਰ ਅਤੇ ਆਰਓ ਸਿਸਟਮ ਅਤੇ ਮਰੀਜ਼ਾਂ ਦੇ ਬੈਠਣ ਲਈ ਇੱਕ ਸ਼ੈੱਡ ਦਾਨ ਕੀਤਾ ਗਿਆ, ਜਿਨ੍ਹਾਂ 'ਤੇ ਲਗਭਗ 3 ਲੱਖ ਰੁਪਏ ਦੀ ਲਾਗਤ ਆਈ ਹੈ। ਇੱਕ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਚਲਾਇਆ ਜਾ ਰਿਹਾ ਹੈ। ਉਸ ਟਰੱਸਟ ਵੱਲੋਂ ਅੱਜ ਇੱਥੇ ਜੋ ਸਿਵਲ ਹੋਸਪਿਟਲ ਫਰੀਦਕੋਟ ਵਿੱਚ ਇੱਕ ਮਰੀਜ਼ਾਂ ਦੇ ਬੈਠਣ ਲਈ ਵੇਟਿੰਗ ਏਰੀਆ ਦੇ ਵਿੱਚ ਇੱਕ ਸ਼ੈੱਡ ਤਿਆਰ ਕਰਕੇ ਦਿੱਤਾ ਗਿਆ ਹੈ ਅਤੇ ਇਸ ਦੇ ਨਾਲ ਹੀ ਇੱਥੇ ਇੱਕ ਆਰਓ ਪਲਾਂਟ ਨਵਾਂ ਲਗਾ ਕੇ ਦਿੱਤਾ ਗਿਆ ਅਤੇ ਨਾਲ ਕੂਲਰ ਦਾ ਅਰੇਂਜਮੈਂਟ ਕਰਕੇ ਦਿੱਤਾ ਗਿਆ, ਜਿਸ ਦੇ ਨਾਲ ਇੱਕ ਤਾਂ ਜੋ ਮਰੀਜ਼ ਹਨ ਜੋ ਉਹਨਾਂ ਨੂੰ ਵੇਟ ਕਰਕੇ ਕਈ ਵਾਰ ਵੇਟਿੰਗ ਦੇ ਲਈ ਅੱਛੀ ਜਗ੍ਹਾ ਨਹੀਂ ਮਿਲਦੀ, ਉਹਨਾਂ ਲਈ ਬੈਠਣ ਦਾ ਢੁਕਵਾ ਪ੍ਰਬੰਧ ਕਰਕੇ ਦਿੱਤਾ ਗਿਆ ਹੈ ਐਂਡ ਨਾਲ ਹੀ ਉਹਨਾਂ ਲਈ ਸਾਫ਼ ਅਤੇ ਠੰਡੇ ਪਾਣੀ ਦਾ ਪ੍ਰਬੰਧ ਕੀਤਾ ਗਿਆ ਹੈ। ਮੈਂ ਸਰਬੱਤ ਭਲਾ ਚੈਰੀਟੇਬਲ ਟਰੱਸਟ ਦਾ ਅਤੇ ਖਾਸ ਤੌਰ 'ਤੇ ਸ਼੍ਰੀ ਐਸ ਪੀ ਸਿੰਘ ਓਬਰਾਏ ਜੀ ਦਾ ਬਹੁਤ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਤਕਰੀਬਨ 1 ਮਹੀਨਾ ਪਹਿਲਾਂ ਜਦੋਂ ਅਸੀਂ ਇੱਥੇ ਯੂਨੀਵਰਸਿਟੀ ਆਏ ਸੀ ਅਤੇ ਚੇਅਰਮੈਨ ਸਾਹਿਬ ਨੂੰ ਲੈ ਕੇ ਆਏ ਇੱਥੇ ਕਿ ਵਿਜ਼ਿਟ ਕਰਨੀ ਹੈ ਹੋਸਪਿਟਲ 'ਚ ਆਪਾਂ, ਉਦੋਂ ਫਿਰ ਦੱਸਿਆ ਗਿਆ ਐਸ ਐਮ ਓ ਸਾਹਿਬ ਸੀ ਸੀ ਐਮ ਓ ਸਾਹਿਬ ਸੀ ਦੱਸਿਆ ਗਿਆ ਕਿ ਜਿੰਨੇ ਵੀ ਓ ਪੀ ਡੀ 'ਚ ਪੇਸ਼ੈਂਟ ਆਉਂਦੇ ਨੇ ਸੋ ਉਹ ਬਾਹਰ ਉਹਨੂੰ ਧੁੱਪੇ ਬਹਿਣਾ ਪੈਂਦਾ। ਪਹਿਲਾਂ ਇੱਕ ਸ਼ੈੱਡ ਬਣੀ ਹੋਈ ਸੀ ਅਤੇ ਇਹਨਾਂ ਨੇ ਕਿਹਾ ਸੀ ਕਿ ਇੱਕ ਸਾਨੂੰ ਸ਼ੈੱਡ ਜਿਹੜੀ ਹੋਰ ਬਣਾ ਦਿੱਤੀ ਜਾਵੇ ਤਾਂ ਜੋ ਇਹ ਜਿਹੜੇ ਪੇਸ਼ੈਂਟ ਨੇ ਉੱਥੇ ਬੈਠ ਸਕਣਗੇ। ਸੋ ਅਸੀਂ ਇੱਕ ਸ਼ੈੱਡ ਬਣਾ ਕੇ ਦਿੱਤੀ ਹੈ। ਉਸ ਤੋਂ ਬਾਅਦ ਇੱਕ ਕੂਲਰ ਪਹਿਲਾਂ ਲੱਗਾ ਸੀ ਉਹਨਾਂ ਕੋਲ, ਲੇਕਿਨ ਇਹ ਕੂਲਰ ਜਿਹੜਾ ਇੰਨੀ ਵੱਡੀ ਓ ਪੀ ਡੀ ਹੁੰਦੀ ਹੈ, ਇੰਨੀ ਪਬਲਿਕ ਹੁੰਦੀ, ਉਹਨਾਂ ਲਈ ਕਾਫੀ ਨਹੀਂ ਸੀਗਾ ਅਤੇ ਇਸ ਤੋਂ ਪਹਿਲਾਂ ਇੱਥੇ ਆਰ ਓ ਵੀ ਨਹੀਂ ਸੀ ਲੱਗਾ ਹੋਇਆ। ਇਸ ਵਿੱਚ ਜਿੱਥੇ ਅਸੀਂ ਕੂਲਰ ਦੀ ਸੇਵਾ ਕੀਤੀ ਹੈ, ਅਸੀਂ ਕੂਲਰ ਹੀ ਕਰਵਾ ਕੇ ਦਿੱਤਾ ਵੱਡਾ ਉਹਨਾਂ ਨੂੰ, ਨਾਲ ਦੀ ਨਾਲ ਆਰ ਓ ਪਲਾਂਟ ਲਾਤਾ ਤਾਂ ਜੋ ਜਿਹੜੇ ਸਾਡੇ ਇੱਥੇ ਆ ਰਹੇ ਨੇ ਪੇਸ਼ੈਂਟ ਸਾਰੇ ਨੇ ਜਾਂ ਉਹਨਾਂ ਦੇ ਨਾਲ ਕੋਈ ਅਟੈਂਡੈਂਟ ਆਉਂਦੇ ਨੇ ਸੋ ਉਹਦਾ ਸਾਫ਼ ਸੁਥਰਾ ਪਾਣੀ ਉਹ ਪੀ ਸਕਣ, ਸੋ ਇਹ ਮੁਹੱਈਆ ਕਰਾਇਆ। ਫਰੀਦਕੋਟ ਤੋਂ ਅਜ਼ਾਦ ਟੀਵੀ ਨਿਊਜ਼ ਦੇ ਲਈ ਗੁਰਜੀਤ ਰੋਮਾਣਾ ਦੀ ਰਿਪੋਰਟ।